ਪਾਪਾ ਹੈ ਨਹੀਂ। ਕੀ ਹੋਇਆ ਸੀਗਾ? ਪਾਪਾ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ। ਐਕਸੀਡੈਂਟ ਤੇ ਹਾਰਟ ਅਟੈਕ ਆ ਗਿਆ? ਹਾਂਜੀ। ਪਿਆਰ ਕਿੰਨਾ ਕਰਦੇ ਸੀਗੇ? ਕਰਦੇ। ਸੋਚਿਆ ਤਾਂ ਕਿਸੇ ਨੇ ਵੀ ਨਹੀਂ ਹੁੰਦਾ ਹੈਗਾ। ਮੈਂ ਸੋਚ ਰਹੀ ਹੋਣਗੇ ਵੀ ਮੈਂ ਵੱਡਾ ਹੋ ਕੇ ਕਰੂੰਗਾ, ਪਰ ਮੈਂ ਹੁਣੇ ਹੀ ਕਰਨ ਲੱਗ ਗਿਆ। ਮਤਲਬ ਐਂ ਹੁੰਦਾ ਵੀ ਕਸਟਮਰ ਨੂੰ ਬੈਸਟ ਤੋਂ ਬੈਸਟ ਦੇਵਾਂ, ਵੀ ਕਿਸੇ ਵੀ ਕਸਟਮਰ ਕੋਲੋਂ ਕੰਪਲੇਂਟ ਨਾ ਆਵੇ ਮੇਰੀ ਵੀ ਕੋਈ ਇੱਦਾਂ। ਮਤਲਬ ਕੋਈ ਵੀ ਜੇ ਮਾੜੀ ਮੋਟੀ ਵੀ ਕੰਪਲੇਂਟ ਹੁੰਦੀ ਹੈ, ਮੈਨੂੰ ਦੱਸ ਕੇ ਜਾਓ ਵੀ ਮੈਂ ਅਗਲੀ ਵਾਰੀ ਤੁਹਾਨੂੰ ਸੁਧਾਰ ਲਵਾਂ। ਬਈ ਕੋਈ ਚੰਗਾ ਵੀ ਆ, ਕੋਈ ਵਧੀਆ ਵੀ ਹੈ, ਕੋਈ ਮਾੜਾ ਵੀ ਹੈ, ਸਾਰੇ ਜਣਿਆਂ ਦਾ ਅਲੱਗ ਅਲੱਗ ਹੁੰਦਾ ਹੋਏ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਅਕਸਰ ਛੋਟੇ ਮਾਸੂਮ ਬੱਚੇ ਜੋ ਮਾਤਾ ਪਿਤਾ ਦੇ ਲਾਡਲੇ ਹੁੰਦੇ ਅਤੇ ਮਾਂ ਪਿਓ ਉਹਨਾਂ ਦਾ ਆਸਰਾ ਹੁੰਦੇ ਨੇ, ਅਗਰ ਪਿਓ ਦਾ ਸਾਇਆ ਸਿਰ ਤੋਂ ਚਲਾ ਜਾਵੇ ਤਾਂ ਉਸ ਬੱਚੇ ਨੂੰ ਰੋਡ ਦੇ ਉੱਤੇ ਆ ਕੇ ਕੋਈ ਨਾ ਕੋਈ ਕਾਰੋਬਾਰ ਕਰਨਾ ਪੈ ਜਾਂਦਾ ਵੈ। ਅਸੀਂ ਸ਼ਿਮਲਾਪੁਰੀ ਦੇ ਵਿੱਚ ਮੌਜੂਦ ਹਾਂ, ਰੋਡ ਨੀਚੇ ਨੂੰ ਜਾਂਦਾ ਵੈ, ਉੱਥੇ ਮੌਜੂਦ ਹਾਂ, ਇੱਕ ਮੋਮੋਜ਼ ਦੀ ਰੇਹੜੀ ਹੈ, ਗੁਰਸਿੱਖ ਵੀਰ ਸਾਡੇ ਨਾਲ ਮੌਜੂਦ ਹੈ। ਮੈਂ ਛੋਟੀ ਜਿਹੀ ਉਮਰ ਹੈ, 14-15 ਸਾਲ ਦੀ ਉਮਰ। ਪਾਪਾ ਦਾ ਐਕਸੀਡੈਂਟ ਹੁੰਦਾ ਵੈ, ਉਸ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜੋ ਲੜਕਾ ਜਿਹੜਾ ਹੈਗਾ ਖੁਦ ਰੇਹੜੀ ਮੋਮੋਜ਼ ਹੀ ਲਗਾਉਂਦਾ, ਲੇਕਿਨ ਅਪੀਲ ਕੀਤੀ ਜਾਂਦੀ ਪੰਜਾਬੀ ਵੀਰਾਂ ਨੂੰ ਕਿ ਪੰਜਾਬੀ ਵੀਰ ਇਸ ਸਿੱਖ ਨੌਜਵਾਨ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਇਹ ਆਪਣੇ ਪੈਰਾਂ ਦੇ ਉੱਤੇ ਹੋਰ ਸਟੈਂਡ ਹੋ ਪਾਵੇ। ਰੇਹੜੀ 'ਤੇ ਬੇਸ਼ੱਕ ਗਾਹਕ ਟੁੱਟਵਾਂ ਹੈ, ਘੱਟ ਗਾਹਕ ਆਉਂਦੇ ਨੇ, ਲੇਕਿਨ ਇਹ ਰੇਹੜੀ ਮੈਂ ਤੁਹਾਨੂੰ ਦਿਖਾ ਦੇਵਾਂ, ਇਹ ਛੋਟੀ ਜਿਹੀ ਆਪ ਹੀ ਕ੍ਰੀਏਟ ਕੀਤੀ ਗਈ ਇਹਨਾਂ ਵੱਲੋਂ ਰੇਹੜੀ ਹੈ, ਜਿਹਦੇ ਉੱਤੇ ਸਪੈਸ਼ਲ ਮੋਮੋਜ਼ ਹੈ। ਇਹ ਮੋਮੋਜ਼ ਦਾ ਜਾਇਕਾ ਤੁਸੀਂ ਬਾਹਰ ਵੱਡੇ ਵੱਡੇ ਰੈਸਟੋਰੈਂਟਾਂ 'ਚ ਜ਼ਰੂਰ ਲੈਂਦੇ ਹੋ, ਜਿੱਥੇ ਤਮਾਮ ਪੈਸਾ ਖਰਚ ਕਰਦੇ ਹੋ, ਹਜ਼ਾਰਾਂ ਰੁਪਏ ਦੀ ਇੱਕ ਪਲੇਟ ਮੋਮੋਜ਼ ਹੀ ਲੈਂਦੇ ਹੋ। ਲੇਕਿਨ ਇਹ ਵੀਰ, ਮੈਂ ਛੋਟੇ ਜਿਹੇ ਵੀਰ ਕੋਲ ਆਓ ਅਤੇ ਮੋਮੋਜ਼ ਦਾ ਸਵਾਦ ਲੈ ਕੇ ਤੁਸੀਂ ਖੁਦ ਕਹੋਗੇ ਕਿ ਉਸ ਵੱਡੇ ਮੋਲਾਂ ਤੋਂ ਵੱਧ ਇਸ ਵੀਰ ਦਾ ਜ਼ਾਇਕਾ ਹੈ। ਗੱਲਬਾਤ ਵੀ ਕਰਦੇ ਹਾਂ, ਪੁੱਤ ਨਾਮ ਕੀ ਹੈ? ਮੇਰਾ ਨਾਮ ਜੀ ਗੁਰਸ਼ਗੁਨ ਹੈ। ਗੁਰਸ਼ਗੁਨ, ਕੀ ਸੋਚ ਕੇ ਲਗਾਇਆ ਵੈ, ਕੀ ਹੋਇਆ ਪਰਿਵਾਰ ਦੇ ਵਿੱਚ ਐਸਾ ਕਿ ਅੱਜ ਨੂੰ ਰੇਹੜੀ ਲਗਾ ਰਹੀ ਹੈ? ਪਾਪਾ ਹੈ ਨਹੀਂ। ਕੀ ਹੋਇਆ ਸੀਗਾ? ਪਾਪਾ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ। ਐਕਸੀਡੈਂਟ ਤੇ ਹਾਰਟ ਅਟੈਕ ਆ ਗਿਆ ਸੀ? ਹਾਂਜੀ। ਉਹ ਪਿਆਰ ਕਿੰਨਾ ਕਰਦੇ ਸੀਗੇ? ਕਰਦੇ। ਅੱਖਾਂ ਵੀ ਨਮ ਹੋ ਜਾਂਦੀਆਂ ਜਦੋਂ ਉਸ ਪਿਓ ਦਾ ਨਾਮ ਆਉਂਦਾ। ਪਿਓ ਨੇ ਕਦੀ ਸੋਚਿਆ ਸੀਗਾ ਕਿ ਮੇਰਾ ਪੁੱਤ, ਮੇਰਾ ਇਹ ਪੁੱਤ ਹੀਰੇ ਵਰਗਾ ਪੁੱਤ ਦੁਕਾਨ ਲਗਾਏਗਾ? ਸੋਚਿਆ ਤਾਂ ਕਿਸੇ ਨੇ ਵੀ ਨਹੀਂ ਹੁੰਦਾ ਹੈਗਾ। ਮੈਂ ਸੋਚ ਰਹੀ ਹੋਣਗੇ ਵੀ ਮੈਂ ਵੱਡਾ ਹੋ ਕੇ ਕਰੂੰਗਾ, ਪਰ ਮੈਂ ਹੁਣੇ ਹੀ ਕਰਨ ਲੱਗ ਗਿਆ। ਕਿੰਨਾ ਪੜ੍ਹਿਆ? ਮੈਂ ਪੜ੍ਹਦਾ ਵਾਂ ਹਜੇ ਵੀ। ਪੜ੍ਹ ਰਹੇ ਹਾਂ ਨਾ? ਹਾਂਜੀ। ਕਿੰਨੇ ਵਿੱਚ ਪੜ੍ਹ ਰਹੇ? ਮੈਂ 8th ਵਿੱਚ ਪੜ੍ਹ ਰਿਹਾ ਵਾਂ। ਆਉਂਦੇ ਨੇ ਪੰਜਾਬੀ ਵੀਰ ਇੱਥੇ ਸਪੋਰਟ ਕਰਨ ਵਾਸਤੇ? ਜੀ ਆਉਂਦੇ ਨੇ, ਬਹੁਤ ਸਾਰੇ ਆਉਂਦੇ ਨੇਗੇ। ਕੀ ਸਪੋਰਟ ਕਰਦੇ ਮੇਰੇ ਭਰਾ ਨੂੰ? ਸਪੋਰਟ ਮਤਲਬ ਸਪੋਰਟ ਇਹ ਬਸ ਖਾ ਕੇ ਜਾਂਦੇ ਨੇਗੇ, ਜਾਇਕਾ ਦੱਸ ਕੇ ਜਾਂਦੇ ਨੇ ਵੀ ਬਹੁਤ ਟੇਸਟੀ ਆ। ਇਸ ਪਿਆਰੇ ਪਿਆਰੇ ਹੱਥਾਂ ਨਾਲ ਮੋਮੋਜ਼ ਬਣਾਉਂਦਾ ਜੀ, ਆਪ ਹੀ ਕ੍ਰੀਏਟ ਕਰਦਾ? ਇਹ ਛੋਟੇ ਛੋਟੇ ਹੱਥ ਨੇ, ਮਾਸੂਮ ਜਿਹੇ ਹੱਥ ਨੇ ਜਿਹਨਾਂ ਨਾਲ ਕ੍ਰੀਏਟ ਕਰਦਾ ਹੈ। ਜੋ ਕ੍ਰੀਏਟ ਕਰਦਾ ਦਿਲ 'ਚ ਕੀ ਆਉਂਦਾ, ਕਿੰਨਾ ਕੁ ਜ਼ਾਇਕਾ ਦੇਵਾਂ? ਮਤਲਬ ਐਂ ਹੁੰਦਾ ਵੀ ਕਸਟਮਰ ਨੂੰ ਬੈਸਟ ਤੋਂ ਬੈਸਟ ਦੇਵਾਂ, ਵੀ ਕਿਸੇ ਵੀ ਕਸਟਮਰ ਕੋਲੋਂ ਕੰਪਲੇਂਟ ਨਾ ਆਵੇ ਮੇਰੀ ਵੀ ਕੋਈ ਇੱਦਾਂ। ਮਤਲਬ ਕੋਈ ਵੀ ਜੇ ਮਾੜੀ ਮੋਟੀ ਵੀ ਕੰਪਲੇਂਟ ਹੁੰਦੀ ਹੈ, ਮੈਨੂੰ ਦੱਸ ਕੇ ਜਾਓ ਵੀ ਮੈਂ ਅਗਲੀ ਵਾਰੀ ਤੁਹਾਨੂੰ ਸੁਧਾਰ ਲਵਾਂ। ਜਦੋਂ ਪਹਿਲੀ ਵਾਰ ਜਦੋਂ ਮੋਮੋਜ਼ ਤਿਆਰ ਕੀਤਾ ਸੀ, ਖੁਦ ਜਾਇਕਾ ਲਿੱਤਾ? ਨਹੀਂ, ਮਤਲਬ ਮੇਰੇ ਨਾ ਪਹਿਲਾਂ ਮੰਮਾ ਹੋਲਸੇਲ ਮੋਮੋਜ਼ ਵੇਚਦੇ ਹੁੰਦੇ ਸੀਗੇ, ਤਾਂ ਮੈਂ ਮੰਮਾ ਨੂੰ ਕਿਹਾ, ਮੈਂ ਕਿਹਾ ਮੰਮਾ ਥੋੜ੍ਹੇ ਜਿਹੇ ਮੈਨੂੰ ਵੀ ਬਣਾ ਦਿਆ ਕਰੋ, ਮੈਂ ਵੀ ਵੇਚ ਲਿਆ ਕਰੂੰਗਾ। ਅੱਛਾ, ਹਾਂਜੀ, ਉਸ ਤੋਂ ਫਿਰ ਕ੍ਰੀਏਟ ਕੀਤਾ? ਹਾਂਜੀ ਜੀ। ਜਦੋਂ ਨਾਮ ਕੀ ਸੀ ਆਪਣਾ? ਮੇਰਾ ਨਾਮ ਗੁਰਸ਼ਗੁਨ ਆ ਜੀ। ਗੁਰਸ਼ਗੁਨ, ਜਦੋਂ ਤੂੰ ਰੇਹੜੀ ਤੇ ਜਦੋਂ ਆਇਆ, ਕਿੰਨੀ ਦੇਰ ਹੋ ਗਈ ਇੱਥੇ ਆਏ ਨੂੰ? ਮੈਨੂੰ 4 ਮਹੀਨੇ ਹੋ ਗਏ ਨੇਗੇ। 4 ਮਹੀਨੇ? ਹਾਂਜੀ। 4 ਮਹੀਨੇ 'ਚੋਂ ਕੀ ਕਰਦੇ ਹੋ ਪਰਿਵਾਰ ਨਾਲ, ਕਿੱਦਾਂ ਫਿਰ ਅੱਗੇ ਚੱਲਦਾ ਤਾਲਮੇਲ, ਪਰਿਵਾਰ ਨੂੰ ਕੀ ਦਿੰਦੇ ਹੋ, ਕੀ ਹਜੇ ਸਟੱਡੀ ਦਾ ਹੀ ਕੱਢ ਰਹੇ ਹੋ? ਹਜੇ ਤਾਂ ਸਟੱਡੀ ਦਾ ਹੀ ਨਿਕਲਦਾ ਪਿਆ ਵਾ। ਘਰ ਆਪਣਾ? ਹਾਂਜੀ, ਘਰ ਆਪਣਾ ਹੈ। ਆਪਣਾ ਘਰ? ਹਾਂਜੀ। ਕੀ ਕਹਿਣਾ ਚਾਹੁੰਦਾ ਹੋ ਜੋ ਤਮਾਮ ਲੋਕ ਪੰਜਾਬੀ ਦੇਖ ਰਹੇ ਨੇ, ਵੀਰ ਨਾਲ ਕੀ ਕਹਿਣਾ ਚਾਹੁੰਦਾ? ਕੁਛ ਨਹੀਂ, ਬਸ ਆਓ ਮੇਰੇ ਕੋਲ ਇੱਥੇ, ਮੈਨੂੰ ਸਪੋਰਟ ਕਰਕੇ ਜਾਓ, ਖਾ ਕੇ ਜਾਓ, ਜ਼ਾਇਕਾ ਦੱਸ ਕੇ ਜਾਓ ਕਿੱਦਾਂ ਦਾ ਸੀਗਾ। ਇਹ ਰੇਹੜੀ ਵੀ ਕ੍ਰੀਏਟ ਹੋਣ ਵਾਲੀ ਹੈ, ਸੋਹਣੀ ਡੈਕੋਰੇਸ਼ਨ ਵਾਲੀ, ਹੈ ਨਾ?
ਜੀ ਉਹਨਾਂ ਦੀ ਫਲੈਕਸ ਵਗੈਰਾ ਸਭ ਕੁਝ ਚੇਂਜ ਹੋ ਗਈ, ਹੁਣ ਫਟ ਚੁੱਕੀ ਆ। ਹਾਂ ਫਟ ਚੁੱਕੀ ਆ। ਹਾਂਜੀ ਮੈਂ ਉਹ ਵੀ ਦੇਖ ਰਿਹਾ ਵਾਂ, ਲਾਈਟ ਵੀ ਹੈ ਨੀਗਾ, ਵੱਡੇ ਵੱਡੇ ਮੂਲਾਂ 'ਚ ਲੋਕ ਖਾਣ ਚਲੇ ਜਾਂਦੇ ਨੇ, ਉਹ ਇੰਨਾ ਸਵਾਦ ਨਹੀਂ ਹੁੰਦਾ। ਜੋ ਗੁਰਸ਼ਗੁਨ ਤੇਰੇ ਕੋਲ ਜਦੋਂ ਪਹਿਲਾਂ ਮੋਮੋਸ ਖਾਧਾ ਨਾ, ਮੈਨੂੰ ਬੜਾ ਸਵਾਦ ਆਇਆ ਜੀ। ਕੀ ਕਹੇਗਾ ਇਸ ਚੀਜ਼ ਵਾਸਤੇ? ਮੈਂ ਜੋ ਵੱਡੇ ਵੱਡੇ ਮੂਲਾਂ 'ਚ ਖਾਂਦੇ ਨੇ, ਇਸ ਤੇਰੇ ਕੋਲ ਆ ਕੇ ਜ਼ਾਇਕਾ ਜ਼ਰੂਰ ਚੱਖਣਾ ਚਾਹੀਦਾ। ਹਾਂਜੀ ਹੈ ਨਾ, ਜ਼ਰੂਰ ਚੱਖਣਾ ਚਾਹੀਦਾ ਜੀ, ਕਿਉਂਕਿ ਉਹ ਪਿਆਰੇ ਭਰੇ ਹੱਥ, ਉਹ ਪਿਆਰ, ਉਹ ਦੁਆਵਾਂ, ਉਹ ਵਾਹਿਗੁਰੂ ਦੀ ਅਰਦਾਸ, ਤਮਾਮ ਚੀਜ਼ਾਂ ਤੂੰ ਵੰਡੇਗਾ ਲੋਕਾਂ ਨੂੰ। ਹਾਂਜੀ ਹੈ ਨਾ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਕਿੰਨਾ ਪਿਆਰ ਹੈ, ਸਾਰਾ ਨਹੀਂ ਹੁੰਦਾ ਪਿਆਰ, ਕੋਈ ਨਹੀਂ ਕਰਦਾ ਹੈਗਾ ਪਿਆਰ, ਸਾਰੇ ਕਰਦੇ ਆ। ਹਾਂਜੀ ਤੁਹਾਡੀ 'ਚ ਹੀ ਰੂਹ ਵਸਦੀ ਰੱਬ ਦੀ ਜੀ, ਉਹ ਪਿਆਰ ਹੀ ਵੰਡਦੇ ਆ ਤੁਸੀਂ। ਹਾਂਜੀ ਕਿੰਨਾ ਮਿਸ ਕਰਦਾ? ਸਾਰੇ ਕਰਦੇ ਹੁੰਦੇ ਨੇ ਜੀ, ਮੈਂ ਹੁਣ ਕੀ ਦੱਸਾਂ। ਨਹੀਂ ਪਾਪਾ ਨੂੰ, ਮੈਂ ਹੁਣ ਪਾਪਾ ਦੀ ਗੱਲ ਕਰ ਰਿਹਾ, ਸਾਰੇ ਕਰਦੇ ਹੁੰਦੇ ਨੇ ਆਪਣੇ। ਮਤਲਬ ਕਿੰਨਾ ਕੁ ਪਿਆਰ ਸੀ? ਸੀਗਾ, ਬਹੁਤ ਜ਼ਿਆਦਾ ਪਿਆਰ ਸੀਗਾ। ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਆਉਣ ਦਿੱਤੀ? ਨਹੀਂ ਨਹੀਂ ਜੀ, ਹਰ ਜਗ੍ਹਾ ਘੁਮਾ ਕੇ ਲਿਆਉਣਾ, ਹਰ ਚੀਜ਼ 'ਤੇ ਜਾਣਾ ਜੀ ਜੀ। ਹਾਂਜੀ ਦੁਨੀਆਦਾਰੀ ਛੋਟੀ ਉਮਰ 'ਚ ਦੇਖ ਲਈ ਤੂੰ ਗੁਰਸਗਨ, ਹੈ ਨਾ ਜੀ, ਇਹ ਦੁਨੀਆ ਕਿਸ ਤਰ੍ਹਾਂ ਦੀ ਹੈ, ਛੋਟੀ ਉਮਰ 'ਚ ਤੈਨੂੰ ਪਤਾ ਲੱਗ ਗਿਆ ਦੁਨੀਆ ਕਿੱਦਾਂ ਦੀ ਆ। ਇਹ ਤਾਂ ਮੈਂ ਜਦੋਂ ਅਸੀਂ ਵੱਡੇ ਹੁੰਦੇ ਹਾਂ ਨਾ, ਜਦੋਂ ਵੱਡੇ ਹੋ ਕੇ ਦੁਨੀਆਦਾਰੀ 'ਚ ਵਿਛੜਦੇ ਹਾਂ, ਤਾਂ ਪਤਾ ਲੱਗਦਾ ਕਿ ਦੁਨੀਆ ਕਿੱਦਾਂ ਦੀ ਆ, ਕਿੱਦਾਂ ਦੀ ਦੁਨੀਆ ਹੈ ਬਈ। ਕੋਈ ਚੰਗਾ ਵੀ ਆ, ਕੋਈ ਵਧੀਆ ਵੀ ਹੈ, ਕੋਈ ਮਾੜਾ ਵੀ ਹੈ, ਸਾਰੇ ਜਣਿਆਂ ਦਾ ਅਲੱਗ ਅਲੱਗ ਹੁੰਦਾ ਹੋਏ। ਕੋਈ ਐਪਰੀਸ਼ੀਏਟ ਕਰਨ ਵਾਲਾ ਵੀ ਹੈਗਾ ਵਾ ਜੀ, ਜਦੋਂ ਐਪਰੀਸ਼ੀਏਟ ਕਰਦੇ ਨੇ ਲੋਕ, ਕਿੰਨੀ ਖੁਸ਼ੀ ਹੁੰਦੀ ਦਿਲ ਨੂੰ, ਬਹੁਤ ਵਧੀਆ ਹੁੰਦੀ ਹੈ ਜੀ, ਹੁੰਦੀ ਹੈ। ਲੇਕਿਨ ਆ ਛੋਟਾ ਵੀਰ ਹੈ, ਜ਼ਿਆਦਾ ਸਵਾਲ ਤਾਂ ਨਹੀਂ ਕਰਦਾ, ਛੋਟਾ ਭਾਈ ਆ। ਲੁਧਿਆਣੇ ਦੇ ਸ਼ਿਮਲਾਪੁਰੀ ਜਦੋਂ ਨੀਚੇ ਜਦੋਂ ਅਸੀਂ ਰੋਡ ਉਤਰਦੇ ਹਾਂ, ਨਹਿਰ ਤੋਂ ਪਹਿਲੇ ਹੀ ਕੱਟ ਹੈ, ਛੋਟੇ ਵੀਰ ਦੀ ਰੇਹੜੀ ਹੈ, ਐਡਰੈਸ ਦੱਸ ਪ੍ਰੋਪਰ। ਜਦ ਆਪਾਂ ਗਿੱਲਾ ਵਾਲੀ ਨਹਿਰ ਹੈ, ਜੋ ਆਪਾਂ ਸ਼ਿਮਲਾਪੁਰੀ ਨੂੰ ਥੱਲੇ ਉਤਰਦੇ ਹਾਂ, ਇੱਥੇ ਇੱਕ ਬਹੁਤ ਮਸ਼ਹੂਰ ਚੰਦਨ ਢਾਬਾ, ਬਿਲਕੁਲ ਉਹਦੇ ਓਪੋਜ਼ਿਟ ਸਾਈਡ। ਓਪੋਜ਼ਿਟ ਸਾਈਡ? ਹਾਂਜੀ। ਕੀ ਮੰਗ ਕਰਦਾ ਮੈਂ ਵੈਸੇ, ਲੋਕ ਜਿਹੜੇ ਆਉਣ ਤੇਰੇ ਕੋਲ, ਕੋਈ ਆ ਜਾਂਦਾ ਦਾਨੀ ਸੱਜਣ ਆ ਜਾਂਦਾ, ਕੋਈ ਮੋਟੀਵੇਟ ਕਰਨ ਵਾਸਤੇ ਆ ਜਾਂਦਾ, ਕੀ ਮੰਗ ਕਰਦਾ, ਕਿਸ ਤਰ੍ਹਾਂ ਦੀ ਕ੍ਰੀਏਟੀਵਿਟੀ ਚਾਹੁੰਦਾ ਮੈਂ? ਨਹੀਂ ਮੰਗ ਤਾਂ ਕੋਈ ਵੀ ਨਹੀਂ, ਬਸ ਇਹ ਹੀ ਹੈ, ਦਿਲੇ ਤਮੰਨਾ ਤਾਂ ਹੋਊਗੀ? ਨਹੀਂ ਕੁਛ ਨਹੀਂ ਜੀ, ਮੂੰਹੋਂ ਕੁਛ ਨਹੀਂ ਮੰਗਣਾ? ਨਹੀਂ ਨਹੀਂ ਜੀ, ਜੋ ਮਾਲਕ ਨੇ ਲਿਖਿਆ ਉਹੀ ਮਿਲਣਾ। ਹਾਂਜੀ ਜੋ ਮਾਲਕ ਨੇ ਲਿਖਿਆ ਉਹੀ ਮਿਲਣਾ। ਲੇਕਿਨ ਕਈ ਵਾਰ ਕਈ ਵੀਡੀਓ ਜਿਹੜੇ ਬਣਾ ਜਾਂਦੇ ਨਾ, ਅਸੀਂ ਕਈ ਵਾਰ ਕਹਿੰਦੇ ਨੇ ਕਿ ਸਾਡੀ ਮਦਦ ਕਰੋ, ਲੇਕਿਨ ਇਹ ਵੀਰ ਦੀ ਇੱਕ ਗੱਲ ਬੜੀ ਸੋਹਣੀ ਲੱਗੀ ਕਿ ਮਦਦ ਨਹੀਂ ਚਾਹੀਦੀ ਮੈਨੂੰ, ਉਸ ਮਾਲਕ ਦੇ ਉੱਤੇ ਮੈਨੂੰ ਯਕੀਨ ਹੈ ਕਿ ਉਹ ਮਾਲਕ ਖੁਦ ਮੇਰੀ ਝੋਲੀ ਦੇ ਵਿੱਚ ਸਭ ਕੁਛ ਪਾ ਦੇਗਾ, ਅਗਰ ਮਿਹਨਤ ਕਰਾਂਗਾ ਤਾਂ ਸਭ ਚੀਜ਼ ਮਿਲ ਜਾਂਦੀ। ਸਹੀ ਗੱਲ ਵੀ ਹੈ, ਅਗਰ ਅਸੀਂ ਮਿਹਨਤ ਕਰਾਂਗੇ ਤਾਂ ਸਭ ਕੁਛ ਉਹ ਸੱਚਾ ਅਕਾਲ ਪੁਰਖ ਦੇਗਾ, ਕਿਉਂਕਿ ਅਸੀਂ ਉਸ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ, ਨਾ ਕਿ ਅਸੀਂ ਮਾਨਵ ਅੱਗੇ ਅਰਦਾਸ ਕਰਦੇ ਹਾਂ। ਉਹ ਰੱਬ ਜ਼ਰੂਰ ਸੁਣਦਾ, ਕੋਲ ਹੋ ਕੇ ਸੁਣਦਾ, ਲੇਕਿਨ ਅਰਦਾਸ ਵੀ ਤਾਂ ਹੁੰਦੀ ਹੈ ਜਦੋਂ ਇਸ ਛੋਟੇ ਵੀਰ ਦੀ ਮਦਦ ਕਰਨ ਵਾਸਤੇ ਤਮਾਮ ਲੋਕ ਵੀ ਆਉਣ। ਅਸੀਂ ਅਰਦਾਸ ਕਰਦੇ ਹਾਂ, ਅਪੀਲ ਵੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਾਂਗੇ ਕਿਸ ਛੋਟੇ ਜਿਹੇ ਮਾਸੂਮ ਬੱਚੇ ਦੀ ਜ਼ਿੰਦਗੀ ਹੋਰ ਬਿਹਤਰ ਕਰ ਦਿੱਤੀ ਜਾਵੇ, ਤਾਂ ਉਹ ਲੋਕਾਂ ਨੂੰ ਵੀ ਅਪੀਲ ਕਰਾਂਗੇ, ਇਸ ਦੇ ਕੋਲ ਆਓ ਅਤੇ ਮੋਮੋਸ ਖਾਓ ਅਤੇ ਜ਼ਾਇਕਾ ਲਵੋ। ਵੱਡੇ ਵੱਡੇ ਮੋਲਾਂ ਅਤੇ ਰੈਸਟੋਰੈਂਟਾਂ ਦੇ ਮੋਮੋ ਜ਼ਰੂਰ ਭੁੱਲ ਜਾਓਗੇ, ਇੱਕ ਵਾਰੀ ਜ਼ਾਇਕਾ ਲਾ ਕੇ ਦੇਖੋ ਅਤੇ ਖੁਦ ਕਹੋਗੇ ਵਾਹ ਕਿਆ ਸਵਾਦ ਆ ਗਿਆ। ਲੁਧਿਆਣੇ ਕਹਿੰਦਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ।